ਜੀ ਲਿਆ ਜੀ ਕਰ ਲਾ ਯਾਰ ਵੀਡੀਓ ਬਣਾ ਰਹੀ ਮਾਰ ਲਾ ਯਾਰ ਪੈਰ ਤਾਂ ਕਰ ਬਈ ਮਾਰੋ ਨਾ ਪਰ ਕੋਈ ਮੋਟਰ ਮੋਟਰਸਾਈਕਲ ਚੋਰੀ ਕੀਤਾ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਐਂ ਕਰਕੇ ਅਸੀਂ ਆਹ ਚੀਜ਼ ਕੀਤੀ ਆ ਵੀ ਬਹੁਤ ਨਜ਼ਾਰਾ ਇਹ ਚੀਜ਼ ਚ ਵੀ ਜਦੋਂ ਮਰਜ਼ੀ ਵੇਚ ਦੋ ਲਿਆਓ ਜੇ ਵੋ ਤੇ ਇਹਨਾਂ ਦੇ ਸਰ ਪਿੰਡ 'ਚ ਗੱਲ ਗੁੱਲ ਪਤਾ ਲੱਗ ਗਈ ਇੱਕ ਦੋ ਜਣਿਆਂ ਨੂੰ ਤੇ ਇਹਨਾਂ ਨੇ ਚਲੋ ਸਰ ਮੇਰੇ 'ਤੇ ਸ਼ੱਕ ਕੀਤਾ ਵੀ ਐਂ ਕਰਕੇ ਵੀ ਇਹਨੇ ਇਹ ਮੇਰੇ ਕੋਲ ਆਏ ਹਾਂਜੀ ਹਾਂਜੀ ਇਹਨਾਂ ਨੇ ਸਰ ਮੈਨੂੰ ਫੋਨ ਕੀਤਾ ਵੀ ਕਹਿੰਦੇ ਵੀ ਤੈਨੂੰ ਛੱਡਣਾ ਨਹੀਂ ਤੂੰ ਵੀ ਇਹੋ ਜਿਹੀਆਂ ਗੱਲਾਂ ਕਰਦਾ ਤੇ ਆਹ ਸਰ ਮੁੰਡਾ ਪਿੰਡ ਦਾ ਹੀ ਆ ਉਹਨਾਂ ਦੇ ਤੇ ਕਹਿੰਦੇ ਵੀ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਸਾਡੇ ਬਾਰੇ ਭੰਡਦਾ ਲੋਕਾਂ ਕੋਲ ਇਹ ਵੋ ਵੀ ਤੂੰ ਚੋਰੀਆਂ ਕਰਦਿਆ ਇਹ ਵੋ ਤੇ ਉਦੋਂ ਬਾਅਦ ਸਰ ਮੈਂ ਆਪਦੇ ਫਾਦਰ ਨੂੰ ਸਾਰੀ ਗੱਲ ਦੱਸੀ ਵੀ ਐਂ ਕਰਕੇ ਆਹ ਗੱਲ ਆ ਤੇ ਫਾਦਰ ਨੇ ਸਰ ਕੀਤੀ ਇਹਨਾਂ ਨਾਲ ਗੱਲ ਫੋਨ ਫਾਨ 'ਤੇ ਅਤੇ ਸਾਰੀ ਗੱਲ ਚਲੋ ਸੌਟ ਆਊਟ ਹੋ ਗਈ ਸੀ ਸਰ ਅਤੇ ਉਦੋਂ ਬਾਅਦ ਸਰ ਵੀ ਇਹ ਘੱਟੋ ਘੱਟ ਅੱਧੇ ਪੌਣੇ ਘੰਟੇ ਬਾਅਦ ਸਰ 25 ਕੁ ਜਾਣੇ ਆਏ ਸਰ 22 ਕੁ ਜਾਣੇ ਲਿਹੰਗ ਸੀ ਸਰ ਇਹਨਾਂ ਨਾਲ ਚੋਲਿਆਂ 'ਚ ਅਤੇ ਬਾਕੀ ਸਰ ਇਹ ਸੀਗੇ ਬਾਈ ਨੇ ਸਰ ਬੰਦੇ ਯਾਦ ਨੇ ਬਾਕੀ ਬਾਈ ਫੇਸ ਯਾਦ ਨੇ ਸਰ ਅਤੇ ਇਹਨਾਂ ਨੇ ਸਰ ਆ ਕੇ ਮਤਲਬ ਸਿੱਧੇ ਖੰਡੇ ਚਲਾ ਦੇ ਸਰ ਤੁਹਾਡੇ ਫਾਦਰ ਸਰ ਏ ਐਸ ਆਈ ਕਿਹੜੇ ਥਾਣੇ ਤੇ ਉਹ ਸਰ ਹੈਗੇ ਆਪਣੇ ਬਦਵਾਲ ਨਾਕੇ ਦੇ ਜੀ ਏ ਸੀ ਚਮਕੌਰ ਸਿੰਘ ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਇਨਸਾਫ ਲੋਕਾਂ ਨੂੰ ਦਵਾਉਂਦੇ ਨੇ ਇਨਸਾਫ ਸਰ ਨੂੰ ਇਨਸਾਫ ਦੇ ਲਈ ਭੜਕਣਾ ਪੈ ਰਿਹਾ ਹਾਂਜੀ ਸਰ ਗੱਲ ਆਏ ਸਰ ਸੁਧਾਰ ਵਾਲੇ ਐਸ ਐਚ ਓ ਸਰ ਕੋਈ ਸਰ ਸਟੈਪ ਨਹੀਂ ਚੱਕ ਰਹੀ ਜੀ ਅਤੇ ਕੋਈ ਸਰ ਮਤਲਬ ਫਾਦਰ ਜਦੋਂ ਕਾਲ ਕਰਦੇ ਜੀ ਬਹੁਤ ਰੂੜਲੀ ਤਰੀਕੇ ਨਾਲ ਬੋਲਦੇ ਆ ਜੀ ਕਾਰਨ ਕੀ ਸਮਝਦੇ ਕਾਰਨ ਸਰ ਹੁਣ ਇਹ ਕੀ ਕਹਿ ਸਕਦੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਸਰ ਤੁਹਾਡੇ ਫਾਦਰ ਸਾਹਿਬ ਵੀ ਇੱਕ ਪੁਲਿਸ ਅਧਿਕਾਰੀ ਅਫਸਰ ਨੇ ਸਰ ਸੇਫ ਹੀ ਹੈ ਜੀ ਕੋਈ ਵੀ ਨਹੀਂ ਹੈ ਵੀ ਪੁਲਿਸ ਪਰਿਵਾਰ ਦੇ ਉੱਤੇ ਵੀ ਇੰਨਾ ਹਮਲਾ ਕਰ ਹਾਂਜੀ ਸੇਫ ਹੀ ਹੈ ਨਹੀਂ ਸਰ ਤੁਹਾਡੇ ਸਾਹਮਣੇ ਹੈ ਸਰ ਪੁਲਿਸ ਫੈਮਿਲੀ ਨਹੀਂ ਸੇਫ ਜੀ ਬਾਕੀ ਕੌਣ ਸੇਫ ਹੋਊਗਾ ਤੁਸੀਂ ਕਿਹਾ ਕਿ ਮੇਰੇ ਤੇ 20 ਤੋਂ 25 ਜਣਾਂ ਨੇ ਹਮਲਾ ਕੀਤਾ ਹਾਂਜੀ ਸਰ ਜਿਹੜੇ ਤੁਹਾਡੇ ਨਾਲ ਦੇ ਨੌਜਵਾਨ ਸੀ ਉਹੀ ਸੀ ਕਿ ਬਾਹਰੋਂ ਹੀ ਮੁੰਡੇ ਸੱਦੇ ਸੀ ਉਹਨਾਂ ਨੇ ਨਹੀਂ ਸਰ ਉਹਨਾਂ ਨੇ ਮੁੰਡੇ ਸੱਦੇ ਸੀ ਬਾਹਰੋਂ ਜੀ ਹਾਂਜੀ ਜਿਹੜੀ ਕੁੱਟਮਾਰ ਦੀ ਵੀਡੀਓ ਉਹਨਾਂ ਉਹਨੇ ਵਾਇਰਲ ਕੀਤੀ ਗਈ ਹਾਂਜੀ ਹਾਂਜੀ ਸਰ ਕੋਈ ਆਈਟੀ ਐਕਟ ਨਹੀਂ ਲਾਇਆ ਜੀ ਕੋਈ ਕੋਈ ਮਤਲਬ ਇਹਨਾਂ ਨੇ ਕੋਈ ਜ਼ਿਆਦਾ ਧਰਾਵਾਂ ਨਹੀਂ ਲਾਈਆਂ ਜੀ ਕਹਿੰਦੇ 23 ਦੀ ਰਾਪਟ ਪਾਉਣੀ ਐਸ ਐਚ ਓ ਸਰ ਕਹਿੰਦੇ ਅਤੇ ਸਰ ਜਿਹੜੇ ਵੱਡੇ ਅਫਸਰ ਸੀਗੇ ਜੀ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਆ ਜੀ ਚਲੋ ਉਹਨਾਂ ਕਰਕੇ ਪਰਚਾ ਹੋਇਆ ਜੀ ਤੇ ਬਾਕੀ ਸਰ ਐਸ ਐਚ ਓ ਸਰ ਨੇ ਤਾਂ ਜੀ ਜਮਾਂ ਸਪੋਰਟ ਨਹੀਂ ਕੀਤੀ ਸਾਡੀ ਹਾਂਜੀ ਸਰ ਬਾਈ ਨੇਮ ਜਿਹੜੇ ਬੰਦੇ ਹਥਿਆਰ ਵੀ ਸੀ ਉਹਨਾਂ ਕੋਲ ਹੈਲੋ ਬਾਈ ਨੇਮ ਅਣਜਾਣ ਦੇ ਬੰਦੇ ਜਿਹੜਾ ਜਿਹਨੇ ਹਾਂਜੀ ਹਾਂਜੀ ਸਰ ਬਾਈ ਬਾਈ ਨੇਮ ਆ ਸਰ ਉਹਨਾਂ ਦੇ ਪਿੰਡ ਦਾ ਹੀ ਆ ਮੁੰਡਾ ਤੇ ਇਹ ਸਰ ਸਾਰਿਆਂ ਨੂੰ ਜਾਣਦਾ ਹਾਂਜੀ ਮੈਂ ਵੀ ਕੈਨੇਡਾ ਤੋਂ ਉੱਥੇ ਕਿਉਂ ਆਏ ਤੁਸੀਂ ਮੇਰਾ ਨਾਮ ਅਮਨਪ੍ਰੀਤ ਆ ਤੇ ਮੈਨੂੰ ਜਦੋਂ ਇਹ ਪਤਾ ਲੱਗਿਆ ਕਿ ਮੇਰੇ ਭਰਾ ਤੇ ਐਡਾ ਜ਼ਿਆਦਾ ਹਮਲਾ ਹੋ ਗਿਆ ਮੈਨੂੰ ਨਾਲੇ ਵੀਡੀਓਜ਼ ਜਦੋਂ ਮੈਂ ਦੇਖੀਆਂ ਤਾਂ ਮੈਨੂੰ ਨਹੀਂ ਸੀ ਲੱਗਦਾ ਵੀ ਇੰਨੀ ਕੁੱਟਮਾਰ ਤੋਂ ਬਾਅਦ ਮੇਰਾ ਭਰਾ ਬਚੂਗਾ ਹਨਾ ਤੇ ਮੈਨੂੰ ਦੁਪਹਿਰੇ ਪਤਾ ਚੱਲਿਆ ਮੈਂ ਰਾਤ ਨੂੰ ਜਦੋਂ ਮੈਂ ਇੱਥੇ ਮਤਲਬ ਚੜ ਗਈ ਸੀਗੀ ਮੈਂ ਇੱਥੋਂ ਪਲੇਨ ਅਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਇਹਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਹੋਈਆਂ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਸੀਗਾ ਮੈਨੂੰ ਨਹੀਂ ਸੀ ਲੱਗਦਾ ਵੀ ਮੈਂ ਇਹਨੂੰ ਮਿਲੂੰਗੀ ਦੁਬਾਰਾ ਅਤੇ ਆਪਾਂ ਗੱਲ ਕਰੀਏ ਲੱਗਦਾ ਨਹੀਂ ਲੋਨ ਐਂਡ ਆਰਡਰ ਜਿਹੜੀ ਸਥਿਤੀ ਹੈ ਦਿਨ ਬਰ ਦਿਨ ਖਰਾਬ ਹੁੰਦੀ ਜਾ ਰਹੀ ਇੱਕ ਪੁਲਿਸ ਮੁਲਾਜ਼ਮ ਦੇ ਜਿਹੜੇ ਬੇਟੇ ਦੇ ਉੱਤੇ ਹਮਲਾ ਹੋਣਾ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਦੇ ਵਿੱਚ ਖੜੇ ਹੁੰਦਾ ਕੀ ਕਹਿਣਾ ਹਾਂਜੀ ਸਰ ਹੁਣ ਤਾਂ ਹੀ ਤਾਂ ਸਾਰੇ ਬਾਹਰ ਭੱਜਦੇ ਇੱਧਰ ਕੁਛ ਹੈ ਹੀ ਨਹੀਂਗਾ ਕੋਈ ਸਿਸਟਮ ਨਹੀਂ ਹੈਗਾ ਅਤੇ ਕੋਈ ਇਨਸਾਫ ਦੀ ਕਿਸੇ ਤੋਂ ਉਮੀਦ ਹੀ ਨਹੀਂ ਰੱਖ ਸਕਦੇ ਅਸੀਂ ਹੁਣ ਮੇਰੇ ਡੈਡੀ ਪੁਲਿਸ 'ਚ ਹੁੰਦੇ ਹੋਏ ਅਸੀਂ ਦਰ ਦਰ ਭਟਕ ਰਹੇ ਹਾਂ
ਤੇ ਇਨਸਾਫ ਨਹੀਂ ਮਿਲਦਾ ਹੈਗਾ? ਨਹੀਂ ਇਨਸਾਫ ਸਾਨੂੰ ਜਿਹੜੇ ਵੱਡੇ ਅਫਸਰ ਸੀਗੇ ਉਹਨਾਂ ਦੇ ਕਹਿਣ 'ਤੇ ਹੀ ਸਾਡੇ ਮਤਲਬ 5 ਦਿਨਾਂ ਬਾਅਦ ਪਰਚਾ ਦਰਜ ਹੋਇਆ ਵਾ ਅਤੇ 5 ਦਿਨ ਅਸੀਂ ਐਂ ਹੀ ਭਟਕਦੇ ਰਹੇ ਹਾਂ, ਬਣਦੀ ਕਾਰਵਾਈ ਹਲੇ ਵੀ ਨਹੀਂ ਹੈਗੀ ਹਲੇ ਜੋ ਧਰਾਵਾਂ ਲੱਗਣੇ ਹਾਂ ਉਹ ਨਹੀਂ ਲੱਗੀਆਂ ਹੋਈਆਂ ਹਲੇ ਪੁਲਿਸ ਦੇ ਵਿੱਚ ਰਹਿ ਗਏ, ਪੁਲਿਸ ਕੋਲੋਂ ਹੀ ਨਹੀਂ ਭਰੋਸਾ ਮਿਲ ਰਿਹਾ। ਹਾਂਜੀ ਹੁਣ ਜੇ ਅਸੀਂ ਨਹੀਂ ਸੇਫ ਹੈਗੇ ਜੀ, ਪੁਲਿਸ ਵਾਲਿਆਂ ਦੇ ਬੱਚੇ ਨਹੀਂ ਸੇਫ, ਤਾਂ ਆਮ ਜਨਤਾ ਕਿਵੇਂ ਸੇਫ ਹੋਊਗੀ? ਜਿੱਦਾਂ ਤੁਸੀਂ ਕਹਿ ਕੇ ਕੈਨੇਡਾ, ਮੈਂ ਜਦੋਂ ਵੀਡੀਓ ਦੇਖੀ ਹੈ ਬੁਰੀ ਤਰੀਕੇ ਦੇ ਨਾਲ ਤੁਹਾਡੇ ਭਰਾ ਨੂੰ ਕੁੱਟਿਆ ਜਾ ਰਿਹਾ ਤੇਜ਼ਧਾਰ ਹਥਿਆਰਾਂ ਦੇ ਨਾਲ, ਹਾਂਜੀ, ਤੇ ਹੁਣ ਤੁਸੀਂ ਆਏ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਜਿਹੜੀਆਂ ਬਣਦੀਆਂ ਧਾਰਾਵਾਂ ਨੇ ਉਹ ਲਾਈਆਂ ਜਾਣ ਅਤੇ ਸਾਨੂੰ ਇਨਸਾਫ ਦਿੱਤਾ ਜਾਵੇ ਬਸ। ਉਹ ਬੰਦੇ ਹਲੇ ਵੀ ਖੁੱਲ੍ਹੇ ਫਿਰ ਰਹੇ ਆ ਜੀ ਪਿੰਡ 'ਚ, ਜਮਾਂ ਜਿਨ੍ਹਾਂ ਨੇ ਜਿਹੜੇ ਮੇਨ ਬੰਦੇ ਨੇ ਉਹ ਹਲੇ ਵੀ ਖੁੱਲ੍ਹੇ ਫਿਰ ਰਹੇ ਆ ਅਤੇ SHO ਜਿਹੜਾ ਵਾ ਮਤਲਬ ਉਹ ਮੈਂ ਮੇਰੇ ਪਿਓ ਦੇ ਮੈਂ ਕੋਲੇ ਬੈਠੀ ਸੀ ਜਦੋਂ ਉਹ ਬੰਦਾ ਇੰਨੀ ਰੂਡਲੀ ਬੋਲਿਆ ਮੇਰੇ ਪਿਓ ਨੂੰ, ਠੀਕ ਆ, ਅਤੇ ਗੱਲ ਕੀ ਸੀਗੀ, ਸਿਰਫ ਇਨਸਾਫ ਦੀ ਮੰਗ ਹੋ ਰਹੀ ਸੀ ਅਤੇ ਉਹ ਬਹੁਤ ਜ਼ਿਆਦਾ ਗਲਤ ਬੋਲਿਆ। ਉਹ ਆਪਣੀ ਜੋਬ ਨੂੰ ਜੋਬ ਸਮਝਣੀ ਚਾਹੀਦੀ ਹੈ। ਹਾਂਜੀ ਮੈਨੂੰ ਨਾਮ ਪਤਾ ਉਹਨਾਂ ਦਾ, ਅਸੀਂ ਮਿਲ ਕੇ ਵੀ ਜਸਵਿੰਦਰ ਸਿੰਘ ਆ ਉਹਨਾਂ ਦਾ ਨਾਮ, ਸੁਧਾਰ ਥਾਣੇ ਦੇ SHO ਜਸਵਿੰਦਰ ਸਿੰਘ।